ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਕੇਂਦਰੀ ਮੁਲਾਜ਼ਮਾਂ ਨੂੰ ਸਰਕਾਰ ਜਲਦੀ ਦੇ ਸਕਦੀ ਹੈ ਤੋਹਫਾ ਡੀਏ ਵਧਾਉਣ ਦੀ ਤਿਆਰੀ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਾਲਮ ਤੇ ਵੀਡੀਓ ਨੂੰ ਆਜ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਕੇਂਦਰ ਸਰਕਾਰ ਛੇਤੀ ਹੀ ਆਪਣੇ ਕਰੋੜਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮੰਗਾਈ ਪੱਤੇ 'ਤੇ ਵਾਅਦਾ ਕਰ ਸਕਦੀ ਹੈ ਜਾਣਕਾਰੀ ਮੁਤਾਬਕ ਇਹ ਵਾਅਦਾ 4 ਫਸਦੀ ਤੱਕ ਹੋ ਸਕਦਾ ਹੈ ਇਸ ਤੋਂ ਬਾਅਦ ਕੇਂਦਰੀ ਮੁਲਾਜ਼ਮਾਨਾਂ ਮंहगाई ਪੱਤਾ 38% ਦੀ ਤੋਂ ਵੱਧ ਕੇ 42% ਸਿੱਧੀ ਹੋ ਸਕਦਾ ਹੈ। ਧਾਨੁਦਾਸ ਦੇ ਕਿ ਕੇਂਦਰੀ ਮੁਲਾਜ਼ਮਾ ਅਤੇ ਪੈਨਸ਼ਨਾਂ ਨੂੰ ਮਿਲਣ ਵਾਲੇ ਮंहगाई ਪੱਤਾ ਉਦਯੋਗਿਕ ਵਰਕਰਾਂ ਦੀ ਖਪਤਕਾਰ ਮੂਲ ਸੂਚਕ ਅੰਕ ਦੇ ਆਧਾਰ ਤੇ ਤੈਅ ਕੀਤਾ ਜਾਂਦਾ ਹੈ। CPIIW ਲੇਬਰ ਬਿਊਰੋ ਵੱਲੋਂ ਜਾਰੀ ਕੀਤਾ ਜਾਂਦਾ ਹੈ। 4% ਦੀ ਵਾਧਾ ਸਕਦਾ ਹੈ HNI ਨਿਊਜ਼ ਏਜੰਸੀ PTI ਨਾਲ ਗੱਲ ਕਰਦੇ ਹੋਏ 올 ਇੰਡੀਆ ਰੇਲਵੇਜ਼ ਫੈਡਰੇਸ਼ਨ ਦੇ ਜਰਨਲ ਸਖਤਰ Shiv Gopal Mishra ਨੇ ਕਿਹਾ ਹੈ ਕਿ ਦਸੰਬਰ 2022 ਲਈ CPI IW 31 ਜਨਵਰੀ 2023 ਨੂੰ ਜਾਰੀ ਕੀਤਾ ਗਿਆ ਸੀ ਇਸ ਦੇ ਆਧਾਰ ਤੇ ਮਹਿੰਗਾਈ ਪੱਤੇ 'ਚ 4.3% ਸਿੱਧੀ ਵਾਧਾ ਆਂਦਾ ਹੈ ਜਿੱਹਾਂ ਪਰ ਸਰਕਾਰ ਮਹਿੰਗਾਈ ਪੱਤੇ ਨੂੰ ਦਸ਼ਮਲਵ 'ਚ ਨਹੀਂ ਵਧਾਏਗੀ ਤੇ ਇਹ 4% ਦੀ ਵਾਧ ਕੇ 42% ਸਿੱਧੀ ਹੋ ਸਕਦਾ ਹੈ ਬਾਕੀ ਖਬਰਾਂ ਵੰਤਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ